धन गुरु रामदास सरोवर की सेवा हो रही है। संगत बड़ी दूर दूर तो आई, गुरु रामदास आप सरोवर की सेवा करा रहे हैं। प्यारे हो, जिस सरोवर तुसी इशनान करते हो, इस सरोवर विच्चों मिट्टी मेरे गुरु रामदास जी ने भी कटी है। कदी उन्हों फील करो, महसूस करो, जिन्हों सिखी अतः संगति पार ब्रह्म कर नमस्कार, जिन्हों परतक दे पार ब्रह्म स्वामी आदि रूप भोखण परन, उस थां ते महाराज सेवा कर रहे ने। सज्जन एक आ गया, इतिहास होई है, ओ जिस काम नूं हथ पांदा काम सिरे नहीं लगता, चिंता ने खा लिया मेरे बच्चियां दी रोजी दा की बनेगा, मेरे बच्चियां दा की बनेगा। किसे ने कहा चला जा माझे दी धुनी च, माझे दी धरती ते इक तीर्थ बनदा पिया है। बहुत हजूम, हजूम दा अर्थ इत्थे भीड़ ना करियो, हजूम दा अर्थ इकट्ठ, बहुत इकट्ठ हुंदा उत्थे, तू उत्थे पहुंच जा, कोई काम कार कर ले। जिस थां ते तुसी सरोवर च असी इशनान करने आ, इह सरोवर दी पटाई इहदे कंधे ते थोड़ी जी दूर उह सज्जन कुछ माया लिया के अपनी छाबड़ी ला के बैठ गया। मेरा इशारा भाई सोमे शाह वाल, छाबड़ी ला के बैठ गया, वटक हो गई सोहनी, बड़ा खुश होया। रामदास सोढ़ी सुल्तान सच्चे पातशाह लंघे, सिख संगता नाल सन, ते उन्हें पूछ लिया किसे नूं इह कौन, उन्हें कहा इह सतगुरु गुरु रामदास जिहड़े इस तीर्थ दा निर्माण कर रहे। तीर्थ शब्द सुन के ना वंचलित हो जायो, भी इह तीर्थ कहदा तां तीर्थ दा अर्थ पवित्र हुंदा है। असीं तां लड़ी जांदे शब्दां पिछे, शब्दां दे अर्थां दा पता भी नहीं हुंदा। तीर्थ दा अर्थ पवित्र, ਉਹ ਕਹਿਣ ਲੱਗੇ ਜਿਹੜੇ ਰਚਦੇ ਨੇ ਅੱਗੇ ਵੱਧ ਕੇ ਮੱਥਾ ਟੇਕ ਬੈਠਾ ਜੀ, ਕੋਈ ਇਹ ਨਹੀਂ ਮੈਂ ਨਾਮ ਲੈਣ ਆਇਆ, ਮੈਂ ਬੰਦਗੀ ਲੈਣੀ ਸਿਮਰਨ, ਮੱਥਾ ਗੁਰੂ ਦੇ ਚਰਨਾਂ ਨੂੰ ਛੋ ਗਿਆ, ਮੱਥਾ ਟੇਕਿਆ। ਸਤਿਗੁਰੂ ਪੁੱਛਦੇ ਆ ਕੌਣ ਭਾਈ ਤੂੰ ਪਹਿਲੀ ਨਹੀਂ ਵੇਖਿਆ ਕਿਵੇਂ ਆਇਆ, ਕਹਿੰਦਾ ਮਹਾਰਾਜ ਉਹ ਛਾਬੜੀ ਮਹਿਲ ਆਈ ਸੀ ਜੀ, ਉਹ ਦੇਖੋ। ਸਤਿਗੁਰੂ ਕਹਿੰਦੇ ਨੇ ਵੇਚਣਾ ਆਇਆ ਕੁਛ, ਕਹਿੰਦਾ ਹਾਂ ਵੇਚਿਆ। ਕਿੰਨੇ ਪੈਸੇ ਹੋਏ, ਚਲੋ ਇਹ ਸਾਰੇ ਕੋਈ ਵਧਾ ਚੜਾ ਕੇ ਡੇਢ ਦਸ ਦਾ ਕੋਈ ਰੁਪਈਆ ਜੋ ਵੀ ਗਏ। ਉਹਨੇ ਕਿਹਾ ਮਹਾਰਾਜ ਇੰਨੀ ਵੱਟ ਕੋਈ, ਸਤਿਗੁਰੂ ਕਹਿੰਦੇ ਨੇ ਇੱਕ ਇੱਕ ਪੈਸੇ ਦੀ ਲੋੜ ਇੱਥੇ, ਉਹ ਲਿਆ ਜਿੰਨੀ ਤੈਨੂੰ ਵੱਟਕ ਹੋਈਏ ਇਹ ਮਜ਼ਦੂਰਾਂ ਨੂੰ ਦਿਆਂਗੇ, ਸਾਜ਼ੋ ਸਮਾਨ ਆ ਜਾਏਗਾ, ਦੇ ਦਿੱਤਾ। ਪਰ ਰਾਤ ਚਿੰਤਾ ਨਾਲ ਸੁੱਤਾ ਕੋਈ ਨਹੀਂ। ਮਨ ਨੇ ਕਿਹਾ ਤੂੰ ਤਾਂ ਰੋਜ਼ੀ ਲੈਣ ਆਇਆ ਸਾ, ਤੇਰੇ ਤਾਂ ਰੁਪਈਏ ਵੀ ਖੋਲ ਹੈ। ਮੈਂ ਸੋਚਦਾ ਪਤਾ ਨੀ ਕੀ ਕੁਝ ਫੁਰਨੇ ਉੱਠੇ ਹੋਣਗੇ, ਗੁਰੂ ਕਿਹੋ ਜਿਹਾ ਇਹ ਅਵੈੜਾ ਮਾਣੇ ਨਾ, ਇਹ ਸਿਮਰਨ ਕਰਦਾ ਕਰਦਾ ਵੀ ਇਹਦੇ ਪ੍ਰਤੀ ਕਈ ਵਾਰੀ ਨਫ਼ਰਤ ਪੈਦਾ ਕਰੀ ਜਾਂਦਾ ਹੁੰਦਾ। ਇਹ ਸੱਚ ਜੇ ਵੀ ਆਹ ਕਿਵੇਂ ਆਹ ਕਿਵੇਂ, ਰਾਤ ਸੁੱਤਾ ਹੀ ਨਹੀਂ ਹੋਣਾ ਮੇਰਾ ਖਿਆਲ, ਧੀਰਜ ਕਰ ਲੈਣਾ, ਚੱਲ ਕੋਈ ਨਹੀਂ ਇੱਕ ਦਿਨ ਦੇ ਦਿੱਤਾ, ਆਖਰ ਉਹਨਾਂ ਦੀ ਥਾਂ ਤੇ ਆਏ ਆ ਨਾ, ਕਿਰਾਇਆ ਹੀ ਸਮਝੋ। ਮੰਨ ਲਓ ਇਹ ਮਨ ਚ, ਮੈਂ ਮਨ ਚ ਹੀ ਪੁਰਨੇ ਬੰਦਾ ਬਣਾਉਂਦਾ। ਦੂਜੇ ਦਿਨ ਫਿਰ ਲਾ ਕੇ ਬਹਿ ਗਿਆ, ਮਹਾਰਾਜ ਫਿਰ ਤੋਂ ਲੱਗ ਪਏ। ਦੂਜੇ ਦਿਨ ਫਿਰ ਆਵਾਜ਼ ਦਿੱਤੀ, ਭਾਈ ਸੱਜਣਾ ਕਿੱਦਾਂ, ਧੀਮੀ ਜੀ ਆਵਾਜ਼ ਚ ਕਿਹਾ ਇੰਨੇ ਕੋਈ ਕਮਾਲ ਹੈ ਮਹਾਰਾਜ, ਕਹਿੰਦੇ ਪਰ ਬਰਕਤ ਪੈ ਗਈ, ਲਿਆ ਸੇਵਾ ਚ ਲਾ ਗਈ। ਪੰਜਵੇਂ ਦਿਨ ਪਤਾ ਨੀ ਕੀ ਬਖਸ਼ਿਸ਼ ਵਰਤੀ, ਪ੍ਰੇਮੀ ਬਣ ਗਿਆ ਜੀ ਸੰਗਤ ਵਿੱਚ ਬਹਿ ਕੇ। ਮੇਰਾ ਖਿਆਲ ਜਦੋਂ ਆਹ ਸਲੋਕ ਸੁਣਿਆ ਹੋਵੇਗਾ, ਮੈਂ ਖਿਆਲ ਕਹਿ ਰਿਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤੇ ਮਨ ਨੇ ਕਿਹਾ ਹੋਣਾ ਸੋਮਿਆ ਤੂੰ ਕਿਉਂ ਚਿੰਤਾ ਕਰੀ ਜਾਂਦਾ, ਫਿਰ ਉਹਦੇ ਚਰਨਾਂ ਚ ਜੁੜ ਜਿਹੜਾ ਹੋਕੇ ਦੇ ਕੇ ਕਹਿੰਦਾ ਜਿਹਨੇ ਦੁਨੀਆਂ ਪੈਦਾ ਕੀਤੀ ਚਿੰਤਾ ਵੀ ਉਹ ਕਰਦਾ। ਪੰਜਵੇਂ ਦਿਨ ਜੋ ਕਮਾਇਆ ਉੱਠ ਪਿਆ, ਕਹਿੰਦਾ ਮਹਾਰਾਜ ਕਿਰਪਾ ਕਰੋ। ਮਹਾਰਾਜ ਵੇਖਿਆ ਕਹਿੰਦਾ ਦੱਸ, ਕਹਿੰਦਾ ਅੱਜ ਇੰਨੇ ਰੁਪਈਏ ਕਮਾਏ, ਕੋਈ ਪੰਜ ਕਹਿੰਦਾ ਕੋਈ ਛੇ ਕਹਿੰਦਾ ਜੀ, ਚਲੋ ਅੱਜ ਇੰਨੇ ਕਮਾਏ, ਸਤਿਗੁਰੂ ਸੇਵਾ ਚ ਲਾ ਲਓ। ਮਹਾਰਾਜ ਹੱਸ ਪਏ, ਕਹਿਣ ਲੱਗੇ ਤੇਰਾ ਨਾਮ ਨੀ ਪੁੱਛਿਆ, ਕਹਿੰਦਾ ਜੇਲਮ ਤੋਂ ਆਇਆ, ਆਇਆ ਰੋਜ਼ੀ ਦੀ ਖਾਤਰ ਸਾਂ, ਰੋਟੀ ਨਹੀਂ ਚੱਲਦੀ, ਰੋਜ਼ੀ ਦੀ ਖਾਤਰ ਆਇਆ, ਬੱਚਿਆਂ ਦੀ ਪਰਵਰਿਸ਼ ਨਹੀਂ। ਪਰ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿਦਿਓਂ ਲੱਗ ਪਏ, ਕਹਿੰਦਾ ਸੱਚ ਇਵੇ ਅਜੇ ਤੱਕ ਮਨ ਖੋਣ ਦੀਆਂ ਗੱਲਾਂ ਕਰਦਾ ਸੀ, ਜਿੱਦਣ ਦੀ ਦੇਣ ਦੀ ਬਿਰਤੀ ਪੈਦਾ ਹੋ ਗਈ ਉਦਣ ਦੀਆਂ ਬਰਕਤਾਂ ਬੜੀਆਂ ਪੈਣ ਲੱਗ ਪਈਆਂ। ਇਹੀ ਲਫ਼ਜ਼ ਮਹਾਰਾਜ ਜੀ ਨੇ ਕਹੇ ਸਨ ਸੁਲਤਾਨਪੁਰ ਦੀ ਧਰਤੀ ਤੇ, ਜਦੋਂ ਸੇਵਾਦਾਰ ਨੇ ਹੱਥ ਪਕੜ ਕੇ ਕਿਹਾ ਬਾਬਾ
ओ मेरे मोदी मालका तेरा तेरा कई जाना है, तेरा तेरा करके उजड़ जाएगा सुल्तानपुर। बस खुमारी च क्या ना हाथ छड़ दे, जितन दुनिया उजड़ी है मेरा मेरा करके उजड़ी है, तेरा तेरा करके ते बस दे हुंदे, तेरा तेरा करके बरकता पैंदियां। हजूर सच्चे पातशाह महाराज हस पे कहते फिर तू अपनी कमाई, कहते नहीं ये तुहाडी दित्ती दात सतगुरु ने पैसे हाथ च पकड़ लै। गुरु रामदास की नजर पई उन्होंने, जेड़ी नजर पापिया पवित्र कर देंदी, जेड़ी नजर पै जाए तो बाबा श्री चंद जैसे महापुरख न तपस्वी झुकन वास्ते मजबूर कर देंदी। अंतर आत्मे तो झुके ही ना हो। उन्होंने महाराज ने देखा कह लगे आ तू आया रोजी की खातर, कहिंदा नहीं हुण कोई चिंता नहीं, बस सतगुरु कहिंदे ने यही तैनूं सिखाउणा चाहुंदा सां कि करता बन के चिंता ना करी, किरत करी जाई ते चिंता तेरी करते नूं जिन्नी माया दित्ती बुक चो हाथ च लपेट बंद करके मुठ्ठी बंद करके क्या कहन लगे नाम की, कहिंदे ने लोकी मैनूं सोमा कहिंदे ने, ज्ञानी ज्ञान सिंह तवारीख च लिखदे ने। महाराज हस पै कहन लगे नहीं लोग सेमा सोमा कहिंदे ने, गुरु नानक ने तैनूं सोमे शाह बना दिता। कि यह परमात्मा की बख्शिश नहीं, मैं सिर्फ एक उदाहरण दे रहा कि चिंता की थां ते चिंतन आ जाए तो सोमा भी शाह बन जाता हुंदा। जे प्यारे शाहूकार नूं भी अंदर चिंता खाई जाए तो वह भी भिखारियां की कतार च आ जाता है। महाराज जी ने कहा सोमा शाह गुरु का शाह, ते तीसरा लफ्ज वरत्या बे परवाह। गुरमुखो इहदे पुत्तर भाई राम शाह नूं मेरे गुरु अर्जुन देव जी ने मंजी बख्शी, प्रचारक थापिया। भाई राम शाह दे पोतरे नूं मेरे गुरु गोबिंद सिंह ने जदो मसंदा ने वद फैलियां कीतियां करैक्टर तो जीवन तो डिग पए ते मेरे दाते ने इहदे भाई सोमे दा पुत्तर राम शाह, राम शाह दा पोतरा भाई मेहर शाह, उहनूं माता जी ने कहा लाल जी इन्ना बख्शिश वाला घर इन्ना ईमानदार सतगुरां ने अमृत दी दात दित्ती, भाई मेहर सिंह शाह नाम रखिया ते खिताब पता की दिता, कहन लगे बख्शंद फरजंद। फिर सुनियो बख्शंद फरजंद साडा बख्शिया होया अपना पुत्र। मैं बेनती करांगा सिर्फ एक इस साखी नूं पां बड़ी बारी सुनिया, पर जिन्नी देर तक चिंता सी खाए मेरी रोजी गई उन्नी देर तक नींद नहीं पई। जिदन चिंता छड़ के गुरु दे आसरे हो गया, किरत उदन भी कीती, उदन गुरु ने शाह बना के रख दिता। पर गुरु नूं कोई तमा नहीं, मेरे धन गुरु कलगीधर महाराज जी का बोल है असी किसे नूं कुछ देने असी स्वार्थ रखने, चेते रखू रब कदी स्वार्थ नहीं रखता ना। मेरी बेनती है लीडर किसे नूं दे रहा है वो दानी नहीं, वो मंगता है वो तुहानूं दे के कल नूं तुहाडे बूहे ते आके वोट मंगेगा। बंदा धर्म के नां ते कुछ देंदा है पर वह भी मंगता है, वह देने तो बाद कहिंदा इन्ना कुछ मैं दिता तू इहदे वट्टे की मैनूं देगा, भिखारी पानी है ना। फरियाद करदा है बाहर दान करके आउंदा है, अंदर कहिंदा मैं इन्ना कुछ दे आया मैनूं की देगा। बाहर दाता बनिया बैठा अंदर मंगता बनिया बैठा, हर दानी दे अंदर भिखारी लुकिया होया मैनूं बख्श दिया जी। जगराम पुल ते रात नूं कंबल सटदा पिया ते नाल कहिंदा मेरे कंबलां दा काम चंगा चल पूगा, मंगता ही है ना। हां आपका आप जी सोचोगे भी भाई साहब कह रहे हैं फिर दान पुन नहीं करना चाहिए, नहीं महाराज कहिंदे ने एक काम कर के हथों दे के भला मनाए, मंग ना रख हथों दे के कह मेरे दाता तू तरस कीता मेरे इस गरीब तो सेवा तू ले ले। महाराज जी वचन कर दे के अपने हथों दे के भला मनांदा होवे। सार बंदा खिमा करियो जेड़ा किसे नूं कुछ दे रहा है वो आउटपुट ए आस करके दे रहा मेनू की वापस आएगा। रब कहिंदा तू मेनू गाला भी कड़ी जा मैं कोई आउटपुट नहीं वेखनी, मैं तेनू तां भी दिया मैं तेरे तो की मांगना। पढ़ो कि गुरु गोबिंद सिंह दा वचन दीनन की प्रतपाल करै नित संत उभार गनी मन गार है सो करता चिंता करे जिन उपाया जग। दीनन की प्रतपाल करै नित संत उभार गनी मन गार है पश पशु नग नाग निरात सर्व समय सबको प्रतपार है पोकत है जल में थल में पल में कल के नहीं।
नहीं कर्म विचार है, वह नहीं वेखता बंदा पापी है, यह विशाई है, यह कामी क्रोधी, ना ना वह कहता ना ये जे वाहगुरु जी इसका वेखन लग पैणगे ना तो दुनिया मर जाऊगी। एडा वड्डा फिराक दे दास ने तो एक बार कथा कर दिया क्या सी कि अरदास च एक लफ्ज आउंदा है देख के अणडिट कीता, एक रब देख के अणडिट करदा है, दूजा गुरु देख के अणडिट करदा है, तीसरा ब्रह्म ज्ञानी खालसा देख के अणडिट करदा है, नहीं तो साडा समाज ते अणडिठिआं नूं भी डिठे वाले करदा पिआ, जो नहीं दिस गया उन्हां नूं भी लोकी प्रचारी जा रहे। हजूर दे इस अमृत बचन वाले महाराज कहिंदे ने पोकता है जल में थल में पल में कल के नहीं कर्म विचार है, दीन दयाल दया निध सो करता चिंता करे, दीन दयाल दया निध दोखन देखता है पता है भी यदि करतूत की ये की करदा पे। मैं सच्ची बेनती कर रहा कि मेरे तुहाडे अंदर दा वाहिगुरु नूं पता नहीं, एदू वद्दा पड़दे ढकण वाला कोई नहीं जी, जे वह पड़दे नशर करन ते आ जाए तो कोई घर नहीं जुड़िया रहेगा, सच जे इथे प्यो नाल पुत्तर ने नहीं रहना, इस्त्री ने पति नाल नहीं रहना, भैन ने भरा नेड़े नहीं लगना, वह कहिंदा नहीं नहीं ये मेरी बनाए ने ना, चल कोई नहीं पर्दे पा के ढक्की रखो इन्हां दा काम चली जाएगा। दीन दयाल दयानिध दोखन देखत है पर देत ना हारे, एक सवैया होर काम ना क्रोध ना लोभ ना मोह ना रोग ना सोग ना भोग ना भय है, वह किसी कामना अधीन थोड़ा दे रहे। मैं बेनती करा जेड़ा बंदा कदी गुरुद्वारे नहीं गया रब तां उहनूं भी रोटी देंदा पे, उहनूं नहीं कि तू मैनूं बंदगी कर ना कर, तू वेखो ये सानू है, असी कहांगे यार जे आ लोक ना आए तो मेरे फील्ड का की बनेगा, आ ना होया तो मेरी वोट का की बनेगा, वह कहिंदा तुसीं सारे मेरे विरुद्ध च भुगत जाओ मैं फिर भी कल्ले दा कल्ला पूरा हूं, तुहाडी हस्ती की मैनूं ला ला सको, रब नूं कहिंदा जम्मे लाण वाला, उहदी तां बदली कोई नहीं होणी, उहनूं तां महाराज जी ने कहा कि वड्डा तेरा दरबार सच्चा तो तख्त सिर शाह पातशाह नेचर चौर छत, ओनू काम नहीं क्रोध नहीं लोभ नहीं मोह नहीं हरख नहीं सोग नहीं भोग नहीं पै नहीं, अपनी बॉडी है कोई नहीं, देखो गुरु साहब की उडारी, अपना शरीर कोई नहीं, सारे शरीर वालों की चिंता करी बैठा, आ दिसदा कोई नहीं, अन दिसदा दिसदे नूं पाली जांदा बई, काम ना क्रोध ना लोभ ना मोह ना रोग ना सोग ना भोग ना पै है, दे बीन सने सबो तन, दे बखीन अपनी कोई बॉडी नहीं, सारिया शरीर प्यार कर दे बखीन सने सबो तन, ने ब्रखत अगह अच्छा है घर भी कोई नहीं, मोह तो भी रहत है। महाराज कहिंदे ने काहे को डोलत है तुमरी शुद्ध सुंदर श्री पद्मा पतले है। मैं फिर बेनती करांगा सो करता चिंता करे जिन्हों उपाया जख, मेरे गुरु गोबिंद सिंह एक उन्हां दी रचना चो मैं होर अर्ज करनी चाहना, पुरातन समय पता की सी जी, जदों राजे जां बादशाह नूं कोई लैटर चिट्ठी लिखी जांदी सी उहदे लई पहला बड़े सत्कार ते विशेषण लाए जांदे सन, जहां पना भगवान ईश्वर दो आलमां दा मालिक इथों तक रिजक दाता परजा पालक सारे सन शब्द। सोचना जिदन सतगुरां ने जफरनामा लिखिया किसे थां ते मैनूं दसो जफरनामे च विशेषण ला के कहा कि औरंगजेब तू लोकां नूं रिजक दान है, तू रिजक दाता तू परजा पालक है। और देखो इस इन्हां शेरां नूं पढ़ के पहले शेर विच कहा अज तक लोग तेन चिट्ठियां लिखते ने परजा पालक रिजक दाता जा पना, कहिंदे ने मैं पहले शेर च तेरी गल नहीं करांगा, पहले शेर च मैं उस रब की गल करांगा जिहड़ा सब नूं रिजक देने वाला है, जिन्हें तेनू भी राज दिता, कमाल ए करामात कायम करीम रजा बख्श राजक रिहाकुन रहीम, जिहड़ा सब नूं रिजक देने वाला है परिपूर्ण परमात्मा वाहिगुरु। गुरु नानक साहब दे बोल ने कहन लगे ओ परमात्मा कला सानू ही नहीं आ रुख दे उत्ते आलना है, आलने नू बीजड़े ने बना दिता, चलो चलो वह सारा पंछी ने बनाया, ओदे आलने च हाथ मारो कोई सोना नहीं कोई हीरे नहीं कोई मोती नहीं कोई दाणिया दा ढेर नहीं, की एक कला पंछी ओदे निक्के जे बच्चे, ओनू पुछिए तेनू चिंता नहीं,
ਆ ਜਿਹੜੇ ਨਿੱਕੇ ਨਿੱਕੇ ਵੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ ਜਿਨ੍ਹਾਂ ਦੇ ਖੰਭ ਵੀ ਨਿਕਲੇ, ਤੇ ਮਹਾਰਾਜ ਕਹਿੰਦੇ ਨੇ, ਪੰਛੀ ਕਹਿੰਦਾ ਚਿੰਤਾ ਕਾਹਦੂ ਕਰਾਂ, ਜਿਹਨੇ ਸਵੇਰੇ ਜ਼ਿੰਦਗੀ ਦਿੱਤੀ ਹੈ ਮੇਰੇ ਤੇ ਬੱਚਿਆਂ ਨੂੰ ਰੋਜ਼ੀ ਵੀ ਦੇ ਦੇਗਾ। ਮਹਾਰਾਜ ਕਹਿੰਦੇ ਨੇ ਕਰਤੇ ਨੂੰ ਚਿੰਤਾ ਹੈ। ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਹਜ਼ੂਰ ਦੇ ਬਚਨ ਨੇ, ਨਾ ਰਿਜ਼ਕ ਦਸਤ ਆ ਕਸੇ ਮਾਂਜ ਕੀ ਵਾਰ। ਚਲੋ ਕੁਝ ਲਫ਼ਜ਼ ਇਹ ਚ ਫਾਰਸੀ ਦੇ ਨੇ, ਨਾ ਰਿਜ਼ਕ ਦਸਤ ਆ ਕਸੇ, ਦਸਤ ਦਾ ਅਰਥ ਹੱਥ, ਸਾਡਾ ਰਿਜ਼ਕ ਰੱਬ ਤੋਂ ਬਿਨਾਂ ਕਿਸੇ ਹੋਰ ਦੇ ਆ ਹੱਥ ਵਿੱਚ ਨਹੀਂ। ਸਿਰਫ ਸੋ ਕਰਤਾ ਚਿੰਤਾ ਕਰੇ, ਨਾ ਰਿਜ਼ਕ ਦਸਤ ਆ ਕਸੇ ਹਾਮਾ ਰਾ ਏਕ ਆਸ ਵਸੇ ਖਮਾਰਾ, ਪਾਠ ਕਥਾ ਨਹੀਂ। ਫਾਰਸੀ ਵਿੱਚ ਖਮਾ ਦਾ ਅਰਥ ਹੈ ਸਭ, ਤੇ ਰਾਹ ਦਾ ਅਰਥ ਹੈ ਨੂੰ। ਇਹਦਾ ਅਰਥ ਹੋਵੇਗਾ ਸਾਨੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਕਰਤਾ ਪੁਰਖ ਵਾਹਿਗੁਰੂ ਹੈ। ਨਾ ਰਿਜ਼ਕ ਦਸਤ ਆ ਕਸੇ ਖਮਾ ਰਾਹ ਏਕ ਆਸ ਵਸੇ, ਸਾਨੂੰ ਸਭ ਨੂੰ ਇੱਕ ਦੀ ਆਸ ਹੈ। ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ। ਮਹਾਰਾਜ ਕਹਿੰਦੇ ਨਾ ਪਰੰਦੇ ਗ੍ਰਹਿ ਜ਼ਰ, ਉੱਡਣ ਵਾਲੇ ਪੰਛੀਆਂ ਕੋਲ ਕਿਹੜਾ ਧਨ ਤੇ ਕਿਹੜਾ ਰੋਟੀ ਦਾ ਸਮਾਨ, ਪਰੰਦਾ ਨਾ ਗ੍ਰਹਿ ਜ਼ਰ, ਦਰਖਤ ਆਪ ਆਸ ਕਰ, ਰੁੱਖ ਤੇ ਬੈਠਾ ਪਾਣੀ। ਮੈਂ ਫਿਰ ਬੇਨਤੀ ਕਰਾਂ, ਪਾਣੀ ਦੇ ਕੰਢਿਆਂ ਤੇ ਬੈਠਾ, ਰੁੱਖਾਂ ਤੇ ਬੈਠਾ, ਪਰੰਦਾ ਨਾ ਗ੍ਰਹਿ ਜ਼ਰ, ਦਰਖਤ ਆਪ ਆਸ ਕਰ, ਦੇਹੰਦ ਸੋਈ ਏਕ ਤੁਈ ਏਕ ਤੁਈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਥੋੜੇ ਜਿਹੇ ਦੇ ਅਰਥ ਆਪਾਂ ਅੱਜ ਕਰ ਜਾਈਏ। ਮਹਾਰਾਜ ਕਹਿੰਦੇ ਨੇ ਫਿਰ ਬੰਦਾ ਕੀ ਕਰੇ, ਤਾਂ ਇਸ ਗੱਲ ਨੂੰ ਧਿਆਨ ਨਾਲ ਸੁਣਿਓ। ਚਲੋ ਅੱਗੇ ਤਰਤ ਸਾਰੇ ਹੋ ਗਏ ਨਾ ਜੀ, ਸਾਰੇ ਕੰਮ ਵਾਹਿਗੁਰੂ ਦੇ ਕੀਤੇ, ਪੁਰਖਾਂ ਬਿਰਥਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ, ਇਹ ਚ ਨਹੀਂ ਕਿਹਾ ਬੰਦਿਆ ਤੂੰ ਕੀ ਕਰਨਾ। ਉਹਨਾਂ ਕਿਹਾ ਸਾਰੀ ਸੋਮਿਤ ਜਾਣ ਨਾਨਕਾ ਸਰਾਂ ਮੇਰਾ ਜਨਤਾ, ਇਹਦੇ ਚ ਇਹ ਨਹੀਂ ਕਿਹਾ ਬੰਦੇ ਤੂੰ ਕੀ ਕਰ। ਅੱਗੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਕਿ ਕਰਤੇ ਨੇ ਸਭ ਕੁਝ ਬਣਾਇਆ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਹੁਣ ਅਸੀਂ ਕੀ ਕਰੀਏ? ਮੇਰੇ ਬਾਬਾ ਨਾਨਕ ਜੀ ਕਮਾਲ ਕਰ ਦਿੱਤੀ, ਕਹਿਣ ਲੱਗੇ ਤਿਸ ਜੋਹਾਰੀ ਸਵਸਤ ਤਿਸ। ਇਹ ਦੋ ਲਫ਼ਜ਼, ਇੱਕ ਤਾਂ ਇਹਦਾ ਪਾਠ ਔਂਕੜ ਲਾ ਕੇ ਨਹੀਂ ਕਰਨਾ। ਪਾਠ ਇੱਥੇ ਜੋਹਾਰੀ ਹੈ, ਜੋਹਾਰੀ ਨਹੀਂ, ਹੋੜਾ ਲਾ ਕੇ ਪਾਠ ਹੈ, ਔਂਕੜ ਲਾ ਕੇ ਨਹੀਂ। ਜੱਜੇ ਨੂੰ ਹੋੜਾ, ਹਾਏ ਨੂੰ ਕੰਨਾ, ਰਾਰੇ ਨੂੰ ਬਿਹਾਰੀ, ਜੋਹਾਰੀ। ਤੇ ਇਹਦਾ ਪਾਠ ਜੁਆਰੀ ਵੀ ਨਹੀਂ ਕਰਨਾ। ਜੇ ਜੁਆਰੀ ਕਈ ਵਾਰੀ ਸੁਣੀਦਾ ਨਾ ਜੀ, ਮੈਂ ਕਿਸੇ ਇੰਡੀਵਿਜੁਅਲ ਬੰਦੇ ਤੇ ਤਰਕ ਨਹੀਂ ਕਰ ਰਿਹਾ, ਪਰ ਅਕਸਰ ਜੇ ਜੁਆਰੀ ਪਾਠ ਕਰੋਗੇ ਤੇ ਜੂਆ ਖੇਡਣ ਵਾਲਾ ਬਣ ਜਾਏਗਾ, ਤੇ ਜੇ ਜੁਹਾਰੀ ਪਾਠ ਕਰੋਗੇ ਤੇ ਇਹਦਾ ਅਰਥ ਮੱਥਾ ਟੇਕਣਾ ਬਣ ਜਾਏਗਾ, ਨਮਸਕਾਰ ਕਰਨੀ। ਤਿਸ ਜੁਹਾਰੀ, ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤੂੰ ਕੀ ਕਰ। ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕੀਗਾ, ਉਹਨੂੰ ਨਮਸਕਾਰ ਕਰ, ਉਹਦਾ ਸ਼ੁਕਰਾਨਾ ਕਰ। ਬਸ ਆ ਜੇ ਸਲੋਕ ਦਾ ਤਤ ਭਾਵ ਕਹਿ ਲਵਾਂ, ਤੂੰ ਚਿੰਤਾ ਨਾ ਕਰ। ਤਿਸ ਜੁਹਾਰੀ ਸਵਸਥ ਤਿਸ, ਇਹ ਲਫ਼ਜ਼ ਹੈ ਸਵਸਥ, ਇਹਦਾ ਅਰਥ ਤੰਦਰੁਸਤੀ ਨਹੀਂ। ਸਵਸਥ ਦਾ ਅਰਥ ਹੈ ਕਲਿਆਣ, ਮੰਗਲਮਈ। ਇਹਦੇ ਅਰਥ ਆਮ ਟੀਕਾਕਾਰਾਂ ਨੇ ਕੀਤੇ ਨੇ, ਤੇਰੀ ਜੈ ਹੋਵੇ, ਜੈ ਜੈਕਾਰ ਕਰ। ਇਹਦਾ ਅਰਥ ਤੂੰ ਸਿਰਫ ਦੋ ਕੰਮ ਕਰ, ਇੱਕ ਤੂੰ ਗੁਰੂ ਅੱਗੇ ਮੱਥਾ ਟੇਕ, ਕਰਤੇ ਅੱਗੇ ਝੁੱਕ ਜਾ, ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ, ਮੇਰੇ ਪਰਮਾਤਮਾ ਦੀ ਜੈ ਜੈਕਾਰ। ਇਹਨੂੰ ਆਸਾਂ ਕੀ ਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਏ ਸ਼ਾਬਾਸ਼, ਵਾਹ ਤੇਰੇ ਪਰਮਾਤਮਾ, ਵਾਹ ਤੇਰੇ। ਬਸ ਇੰਨਾ ਹੀ ਕਹਿਣਾ। ਉਹ ਦੇਖੋ ਦੋ ਗੱਲਾਂ, ਬਸ ਐਵੇਂ ਚੌਖੇ ਚੌਖੇ ਭੱਜਣ ਦੀ ਲੋੜ ਹੀ ਨਹੀਂ, ਅਮਲ ਚ ਲੈ ਆਈਏ। ਤਿਸ ਜੁਹਾਰੀ, ਜਿਨੇ ਜਗਤ ਉਪਾ ਕੇ ਚਿੰਤਾ ਕੀਤੀ, ਤੂੰ ਉਹਨੂੰ ਮੱਥਾ ਟੇਕ ਦੇ, ਨਮਸਕਾਰ ਕਰ ਦੇ। ਸਵਸਥ ਤਿਸ, ਇਹ ਕਹਿ ਦੇ ਤੇਰੀ ਜੈ ਜੈਕਾਰ ਹੋਵੇ, ਮੰਗਲਮਈ ਤੂੰ, ਕਲਿਆਣਮਈ ਕਹਿ, ਤਨ ਤਨ ਤੇਰੀ। ਮੈਂ ਇੱਕ ਦਿਨ ਅਰਜ਼ ਇੱਥੇ ਕੀਤੀ ਸੀ ਕਿ ਰੱਬ ਨੂੰ ਵੀ ਸ਼ਾਬਾਸ਼ ਕਹੀ ਜਾਓ ਤੇ ਇਹਦੀ, ਇਹ ਵੀ ਇਹ ਸਿਫਤ ਜੇ, ਬੇਅੰਤ ਬੇਅੰਤ ਕਹੀ ਜਾਓ, ਇਹ ਵੀ ਨਾਮ ਜੇ। ਤਿਸ ਜੁਹਾਰੀ ਸਵਸਥ ਤਿਸ, ਤੇ ਮਹਾਰਾਜ ਕਹਿੰਦੇ ਕਿਸ ਨੂੰ ਅੱਗੇ ਬਚਨ ਕੀਤਾ, ਤਿਸ ਦੀਵਾਨ ਅਪੱਗ। ਦੀਵਾਨ ਦਾ ਅਰਥ ਹੈ ਦਰਬਾਰ। ਆਹ ਜਿਹੜੇ ਲੋਕਾਂ ਨੂੰ ਦਰਬਾਰ ਲਾ ਕੇ ਦਿੰਦੇ ਪਏ ਨੇ ਨਾ,
ਇਹਨੂੰ ਬਿਲਕੁਲ ਦਵੈਸ਼ ਚ ਨਾ ਲਿਜਾਇਓ ਕਿ ਫਲਾਣੇ ਥਾਂ ਤੇ ਰਾਜੇ ਦਾ ਦਰਬਾਰ ਲੱਗਾ, ਸੀਐਮ ਦਾ ਦਰਬਾਰ ਲੱਗਾ, ਪੀਐਮ ਦਾ ਦਰਬਾਰ ਲੱਗਾ, ਮੰਤਰੀ ਨੇ ਲਾਇਆ, ਸੰਗਤ ਦਰਸ਼ਨ ਹੋ ਗਿਆ, ਆ ਹੋ ਗਿਆ। ਇਹ ਸਾਰੀਆਂ ਖੇਡਾਂ ਚੱਲਦੀਆਂ ਨੇ ਦੁਨੀਆਂ ਚ, ਇਹ ਰੱਬ ਦੀ ਬਣਾਈ ਹੈ ਜੀ। ਕਹਿੰਦੇ ਨੇ ਇਹ ਦਰਬਾਰ ਇੱਕ ਦਿਨ ਮੁੱਕ ਜਾਣਗੇ,